entire empire on fire. So give me your mic without a wire. ਸਾ ਸਟੈਡਲੀ ਸਾ ਸਟੈਡਲੀ ਸੋ ਸਾਸਰੀ ਗੱਲ ਵੀ ਸਾਰਿਆਂ ਨੂੰ ਹੋਪ ਸੋ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅੱਜ ਦੀ ਵੀਡੀਓ ਦੇ ਵਿੱਚ ਰਿਐਕਟ ਕਰਨ ਜਾ ਰਹੇ ਹਾਂ ਵਾਈਟ ਕਾਲਰ ਸੌਂਗ ਬਾਏ ਦੀਪ ਚਾਹਲ, ਨਾਲ ਹੈਗਾ ਗੁਰਲੇਜ ਅਖਤਰ। ਜੇ ਆਪਾਂ ਵੀਡੀਓ ਦੀ ਗੱਲ ਕਰੀਏ, ਵੀਡੀਓ ਬਾਬੇ ਉਹ ਹੈਗੀ ਆ ਹੌਕ ਟੈਗ ਦੀ, ਅਤੇ ਮਿਊਜ਼ਿਕ ਹੈਗਾ ਨਵ ਪ੍ਰਿੰਸ ਦਾ। ਦੇਖਦੇ ਹਾਂ ਗਾਣਾ ਕਿਵੇਂ ਹੁੰਦਾ ਕਿਵੇਂ ਨਹੀਂ। ਸੋ ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। PS4 ड्यूअल शॉक एक मिनट घड़ी घड़ी आ देखनी पूरा के मतलब जी मैं सोच रहा उही है घड़ी है। हाँ बाबे कार्टियर आ कार्टियर बलून डे इदा का कुछ ना है घड़ी का 14-15 लाख की घड़ी आ। क्या बात है बाबा महंगी घड़िया बन लग गए हैं पंजाबी इंडस्ट्री च मुंडे। कलर जेब च डालर थले गड्डी विच या नड्डी नड्डी दे गल नेकलेस पाया पाया 1.5 करोड़ दानी जट गल नी तेरी मोड़ दानी जट गल नी तेरी मोड़ दानी गल जट्टी ना तेरी मोड़ दा जे वाइट या कलर जेब च डालर चंगी चौन ले जा पालर एक या मेरी सुनी अड्डी वे तेरे लिए कोई गल नहीं ਬਾਈ ਕਿੰਨੀ ਸੋਹਣੀ ਆ ਯਾਰ ਬੰਦੇ ਦੀ ਦੀਪ ਚਾਹਲ ਬਾਈ ਦੀ ਬਹੁਤ ਸੋਹਣੀ ਆਵਾਜ਼ ਆ। ਆਲੇ ਫੜ ਲੈ ਕਾਰਡ ਜੱਟ ਦਾ ਨਾਲੇ ਲੈ ਜਾ ਕੈਸ਼ ਕੁੜੇ ਜਿੱਥੇ ਮਰਜ਼ੀ ਜਾ ਜੋ ਮਰਜ਼ੀ ਪਾ ਤੂੰ ਖੁੱਲ ਕੇ ਕਰ ਲੈ ਐਸ਼ ਕੁੜੇ ਹਾਂ ਐਦੂ ਵੱਡੀ ਸਹੂਲਤ ਹੋਰ ਕੀ ਚਾਹੀਦੀ ਆ। ਕੈਸ਼ ਕਾਰਡ ਬਟੂਏ ਵਿੱਚ ਰੱਖ ਤੇਰਾ ਦੇ ਦੇ ਟਾਈਮ ਨਾ ਪਿਆਰ ਮੈਨੂੰ ਜਿੱਥੇ ਜਾਵਾਂ ਜਿੱਥੋਂ ਆਵਾਂ ਨਾਲੇ ਚਾਹੀਦਾ ਧਿਆਨ ਮੈਨੂੰ ਕਾ ਵਾਦਾ ਨਾਲ ਚਾਹੀਦਾ ਮੈਨੂੰ ਹਰੇਕ ਥਾਂ ਤੇ ਕਾਰਡ ਕੂਡ ਦੀ ਲੋੜ ਨਹੀਂ। ਮਹਿਫਲਾਂ ਜੋ ਛੇਤੀ ਬੌੜ ਦਵੇ ਜੱਟ ਗੱਲ ਨਹੀਂ ਮੇਰੀ ਨਹੀਂ ਜੱਟ ਗੱਲ ਨਹੀਂ ਤੇਰੀ ਮੋੜ ਦਾ ਨਹੀਂ ਜੱਟ ਗੱਲ ਨਹੀਂ ਤੇਰੀ ਮੋੜ ਦਾ ਨਹੀਂ ਗੱਲ ਜੱਟੀ ਨਾ ਤੇਰੀ ਮੋੜ ਦਾ ਦੁਪਹਿਰੇ ਨਿਕਲੇ ਘਰੋਂ ਤੇ ਮੁੜਦਾ ਅੱਧੀ ਰਾਤ ਕਰੇ ਟਾਈਮ ਨਾ ਵੜਨਾ ਕਰੇ ਸਿੱਖੋ ਕਿਉਂ ਗੰਭੀਰ ਹਾਲਾਤ ਸੈਲੀਬ੍ਰੇਸ਼ਨ ਬਣਦੀ ਹੈ ਜੀ ਯਾਰ ਮੇਰੇ ਦਾ ਬਰਥਡੇ। ਸੋਹਣਾ ਲਿਖਿਆ ਵਾ ਯਾਰ ਗਾਣਾ, ਕਿਹਨੇ ਲਿਖਿਆ ਯਾਰ ਗਾਣਾ? ਇੱਕ ਮਿੰਟ ਦੇਖਣਾ ਪਊਗਾ ਆਪਾਂ ਨੂੰ। ਲਿਰਿਕਸ ਮੈਂ ਦੇਖੀ ਨਹੀਂ ਸੀਗੀ ਇਹਦੇ ਆ, ਰਾਈਟ ਲਿਰਿਕਸ ਦੀਪ ਚਾਹਲ ਬਾਈ ਦੇ ਹੀ ਆ ਲਿਰਿਕਸ ਵੀ ਬਾਈ। ਘੈਂਟ ਲਿਖਿਆ ਯਾਰ, ਬਹੁਤ ਸੋਹਣਾ ਲਿਖਿਆ ਯਾਰ ਬਾਬਾ। ਲੱਗ ਜਾਂਦੀ ਐ ਮਹਿਫਿਲ ਜਦ ਬੰਦੇ ਚਾਰ ਇਕੱਠੇ ਹੋਈਏ ਚੱਕਣਾ ਫੋਨ ਮਨਾਹੀ ਜਦ ਵੀ ਯਾਰ ਇਕੱਠੇ ਹੋਈਏ ਰੂਲ ਮਹਿਫਿਲਾਂ ਦੇ ਤੇਰੇ ਲਈ ਤੋੜਦਾ ਨਹੀਂ ਜੱਟ ਗੱਲ ਨਹੀਂ ਤੇਰੀ ਸਮਝ ਨਹੀਂ ਜੱਟ ਗੱਲ ਨਹੀਂ ਤੇਰੀ ਮੋੜਦਾ ਨਹੀਂ ਜੱਟ ਗੱਲ ਨਹੀਂ ਤੇਰੀ ਮੋੜਦਾ ਨਹੀਂ ਗੱਲ ਜੱਟੀ ਨਾ ਤੇਰੀ ਮੋੜਦਾ ਬਹੁਤ ਸੋਹਣੀ ਸਿੰਕ ਆ ਯਾਰ ਵੀਡੀਓ 'ਚ ਬਾਈ। ਐਂ ਨਹੀਂ ਹੈਗਾ ਗਾ ਵੀ ਊਂ ਹੀ ਬੋਰ ਜਿਹਾ ਹੋਈ ਜਾਊਗਾ ਬੰਦਾ, ਬਹੁਤ ਸੋਹਣੇ ਤਰੀਕੇ ਨਾਲ ਹੈ ਨਾ ਜਿਵੇਂ ਕਪਲ ਤੁਰੇ ਫਿਰਦੇ ਹੈਗੇ ਹੈ ਨਾ, ਅਤੇ ਮਤਲਬ ਉੱਥੋਂ ਫੋਟੋਆਂ ਫਟਵੀਆਂ ਵਿੱਚ ਲਾ ਕੇ ਘੈਂਟ ਚੀਜ਼ ਬਣਾਈ ਆ ਯਾਰ ਵੀਡੀਓ, ਬਹੁਤ ਸੋਹਣੀ ਬਣਾਈ ਆ। ਵਾਈਟ ਕਲਰ ਅਰਸ਼ ਵੰਡੇਰ ਇੱਥੇ ਰਾ ਹੌਕ ਟੈਗ ਸੋਹਣੀ ਬਣਾਈ ਆ ਬਾਈ ਵੀਡੀਓ ਹੌਕ ਟੈਗ 'ਚ ਆ। ਅਤੇ ਬਾਕੀ ਬਾਈ ਗਾਣਾ ਘੈਂਟ ਸੀਗਾ, ਸਵਾਦ ਆਇਆ ਗਾਣਾ ਸੁਣਨ ਦਾ ਪੂਰਾ ਫੁੱਲ। ਅਤੇ ਬਾਕੀ ਬਾਈ ਤੁਸੀਂ ਦੱਸੋ ਤੁਹਾਨੂੰ ਗਾਣਾ ਕਿਵੇਂ ਲੱਗਿਆ, ਲਿਰਿਕਸ ਵੀ ਵਧੀਆ ਸੀਗੇ। ਬਾਕੀ PS4 ਦੇ ਰਿਮੋਟਾਂ ਨੂੰ ਪਤਾ ਨਹੀਂ ਕਾਹਤੋਂ ਇੰਨਾ ਜ਼ਿਆਦਾ ਹਾਈਲਾਈਟ ਕੀਤਾ ਜਾ ਰਿਹਾ ਸੀਗਾ ਹੈ ਨਾ, ਅਤੇ ਉਹ ਤਾਂ ਹੁਣ ਉਹ ਵੀ ਪੁਰਾਣਾ ਗਿਆ ਕੰਸੋਲ। PS5 ਵੀ ਆ ਗਿਆ ਹੈ ਨਾ, ਹੁਣ ਤਾਂ ਉਹ ਵੀ ਪੁਰਾਣਾ ਹੋਣ ਵਾਲਾ।
ਅਤੇ ਉਹਨੂੰ ਪਤਾ ਨਹੀਂ ਕਿਉਂ ਇੰਨਾ ਹਾਈਲਾਈਟ ਕੀਤਾ ਜਾ ਰਿਹਾ ਸੀ, ਪਰ ਉਹ ਸੋਹਣਾ ਲੱਗਦਾ ਸੀਗਾ, ਇਹੋ ਜਿਹੀ ਗੱਲ ਨਹੀਂ, ਘੈਂਟ ਲੱਗਦੀ ਸੀ ਚੀਜ਼ ਉਹ, ਹੋ ਸਕਦਾ ਤਾਂ ਕਰਕੇ ਬਸ ਕਰ ਦਿੱਤਾ ਗਿਆ ਹੋਵੇ, ਹੈ ਨਾ। ਅਤੇ ਬਸ ਇਹੀ ਸੀ ਬਾਈ ਆਪਣੀ ਅੱਜ ਦੀ ਵੀਡੀਓ, ਘੈਂਟ ਸੀ ਗਾਣਾ, ਘੈਂਟ ਸੀਗਾ ਮਿਊਜ਼ਿਕ, ਸਾਰਾ ਕੁਝ ਵਧੀਆ ਸੀਗਾ। ਅਤੇ ਹੋਰ ਵੀ ਬਾਈ ਵੀਡੀਓ ਆਉਣਗੀਆਂ, ਹੁਣ ਆਪਾਂ 3-4 ਦਿਨਾਂ ਬਾਅਦ ਵੀਡੀਓ ਬਣਾਈ ਆ ਬਾਈ ਅੱਜ, ਅਤੇ ਥੋੜ੍ਹਾ ਜਿਹਾ ਬਿਜ਼ੀ ਚੱਲ ਰਿਹਾ ਕੰਮ, ਅਤੇ ਬਸ ਹੁਣ ਆਪਾਂ ਵਿਹਲੇ, ਇਸ ਤੋਂ ਬਾਅਦ 'ਚੋਂ ਵੀਡੀਓ ਹੀ ਵੀਡੀਓ ਆਉਣੀ ਆ ਯਾਰ। ਗਾਣੇ ਗੁਣੇ ਆ ਬਹੁਤ ਘੱਟ ਆ ਰਹੇ ਆ, ਪਤਾ ਨਹੀਂ ਕੀ ਚੱਕਰ ਹੈਗਾ, ਜੇ ਦੱਬੀ ਰੱਖਣ ਕੰਮ ਫਿਰ ਆਵੇ ਨਾ ਨਜ਼ਾਰਾ। ਅਤੇ ਬਸ ਬਾਈ ਇਹੀ ਸੀਗੀ ਆਪਣੀ ਅੱਜ ਦੀ ਵੀਡੀਓ, ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਕਰ ਦਿਓ ਲਾਈਕ, ਚੈਨਲ ਨੂੰ ਆਪਣੇ ਨੂੰ ਕਰ ਦਿਓ ਸਬਸਕ੍ਰਾਈਬ, ਨਾਲ ਲੱਗਿਆ ਘੰਟੀ ਦਾ ਬਟਨ ਦੱਬ ਦਿਓ ਤਾਂ ਕਿ ਸਾਡੀ ਆਉਣ ਵਾਲੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਸਭ ਤੋਂ ਪਹਿਲਾਂ ਦੇਖ ਸਕੋ। ਥੈਂਕਸ ਫੋਰ ਵਾਚਿੰਗ ਗਾਈਜ਼। Signs are steadily